ਭਾਜੀ ਪਿੱਛੇ ਰਿਹਾ ਪਿੱਛੇ ਰਿਹਾ ਭਾਜੀ ਵੀਰ ਜੀ ਮਿਸਾਲ ਥੋੜੀ ਪਿੱਛੇ ਕਰਿਓ ਮੋਦੀ ਸਰਕਾਰ ਨੇ ਜਿਹੜੇ ਕਿਸਾਨ ਮਾਰੂ ਤਿੰਨ ਖੇਤੀ ਨਾਲ ਸੰਬੰਧਿਤ ਕਾਲੇ ਕਾਨੂੰਨ ਲਿਆਉਂਦੇ ਨੇ, ਅੱਜ ਅਸੀਂ ਉਹਨਾਂ ਦੀਆਂ ਕਾਪੀਆਂ ਸਾੜ ਕੇ ਮੋਦੀ ਸਰਕਾਰ ਨੂੰ ਮੈਸੇਜ ਦਿੱਤਾ, ਕੇਂਦਰ ਸਰਕਾਰ ਨੂੰ ਮੈਸੇਜ ਦਿੱਤਾ ਕਿ ਸਾਡੇ ਵੱਲੋਂ ਇਹ ਕਾਨੂੰਨ ਰੱਦ ਨੇ, ਸਵਾਹ ਨੇ, ਸਾਨੂੰ ਇਹ ਪ੍ਰਵਾਨ ਨਹੀਂ ਹੈ। ਮੋਦੀ ਸਰਕਾਰ ਦਾ ਜਿਹੜਾ ਅੜੀਅਲ ਰਵੱਈਆ ਕੱਲ੍ਹ ਦੇਖਣ ਨੂੰ ਮਿਲਿਆ, ਜਦੋਂ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਇਹ ਕਾਨੂੰਨ ਰੱਦ ਨਹੀਂ ਕਰਾਂਗੇ, ਅਸੀਂ ਕੇਵਲ ਅਮੈਂਡਮੈਂਟਸ 'ਤੇ ਖੜ੍ਹੇ ਹਾਂ, ਉਹ ਕੇਵਲ ਸੋਧਾਂ 'ਤੇ ਖੜ੍ਹੇ ਨੇ, ਅਸੀਂ ਇਹ ਕਾਨੂੰਨ ਰੱਦ ਕਰ ਚੁੱਕੇ ਹਾਂ ਔਰ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਇਹਨੂੰ ਰੱਦ ਕਰੇ। ਕਿਸਾਨ ਅੰਦੋਲਨ ਇਸ ਵੇਲੇ ਸਿਖਰਾਂ 'ਤੇ ਹੈ, ਕਿਸਾਨ ਅੰਦੋਲਨ ਦਿੱਲੀ ਦੀ ਬਰੂਹਾਂ 'ਤੇ ਬੈਠਾ ਹੈ, ਉਹਨਾਂ ਦੀ ਇੱਕੋ ਮੰਗ ਹੈ ਕਿ ਤਿੰਨੇ ਕਾਲੇ ਕਾਨੂੰਨ ਰੱਦ ਕੀਤੇ ਜਾਣ। ਅਸੀਂ ਅੱਜ ਇਹ ਤਿੰਨੇ ਕਾਲੇ ਕਾਨੂੰਨ ਜਿਹੜੇ ਨੇ ਸਵਾਹ ਕੀਤੇ ਨੇ, ਆਪਣਾ ਜਿਹੜਾ ਆਪਣੀ ਵਚਨਬੱਧਤਾ ਦੁਹਰਾਈਏ ਕਿ ਸਾਨੂੰ ਮੋਦੀ ਦਾ ਜਿਹੜਾ ਅੜੀਅਲ ਰਵੱਈਆ, ਜਿਹੜੀ ਹਉਮੈ ਹੈ, ਜਿਹੜਾ ਹੰਕਾਰ ਹੈ, ਅਸੀਂ ਉਹਦੇ ਖਿਲਾਫ ਖੜ੍ਹੇ ਹਾਂ। ਅਸੀਂ ਉਹਨੂੰ ਚੁਣੌਤੀ ਦਿੰਦੇ ਹਾਂ, ਉਹਨਾਂ ਦੇ ਹਉਮੈ ਨੂੰ, ਉਹਨਾਂ ਦੇ ਹੰਕਾਰ ਨੂੰ, ਔਰ ਉਹਨਾਂ ਨੂੰ ਵਾਰਨਿੰਗ ਦਿੰਦੇ ਹਾਂ ਕਿ ਜਿਸ ਰਾਹ 'ਤੇ ਤੁਸੀਂ ਤੁਰੇ ਹੋ
ਤੁਸੀਂ ਪੰਜਾਬ ਦੇ ਲੋਕਾਂ ਦਾ ਕਿਸਾਨਾਂ ਦਾ ਬਲੱਡ ਸ਼ੈੱਡ ਚਾਹੁੰਦੇ ਹੋ, ਤੁਸੀਂ ਪੰਜਾਬ ਦੇ ਲੋਕਾਂ ਦਾ ਕਿਸਾਨਾਂ ਦਾ ਖੂਨ ਵਹਾਉਣਾ ਚਾਹੁੰਦੇ ਹੋ, ਅੱਗੇ ਵੀ ਜਿਹੜੀ ਤੁਹਾਡੀ ਰਿਪਬਲਿਕ ਹੈ ਇਹਦੀਆਂ ਹੱਥਾਂ ਦੇ ਉੱਤੇ, ਰਿਪਬਲਿਕ ਦੇ ਹੱਥਾਂ ਦੇ ਉੱਤੇ ਘੱਟ ਗਿਣਤੀਆਂ ਦਾ ਖੂਨ ਲੱਗਾ ਹੋਇਆ, ਤੁਸੀਂ ਹੋਰ ਵਹਾਉਣਾ ਚਾਹੁੰਦੇ ਹੋ ਵਹਾ ਲਓ, ਪਰ ਅਸੀਂ ਆਪਣਾ ਅੰਦੋਲਨ ਜਾਰੀ ਰੱਖਾਂਗੇ, ਕਿਉਂਕਿ ਸਾਡਾ ਇਹ ਅੰਦੋਲਨ ਕੇਵਲ ਫਸਲਾਂ ਤੱਕ ਸੀਮਤ ਨਹੀਂ ਹੈ, ਸਾਡਾ ਇਹ ਅੰਦੋਲਨ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਦਾ ਵੀ ਹੈ, ਔਰ ਸਾਡੀ ਇਹ ਲੜਾਈ ਜਿਹੜੀ ਹੈ ਉਦੋਂ ਤੱਕ ਜਾਰੀ ਰਹੇਗੀ ਜਦ ਤੱਕ ਕਿਸਾਨਾਂ ਦਾ ਜਿਹੜਾ ਇਹ ਮਸਲਾ, ਜਦ ਤੱਕ ਪੰਜਾਬ ਦਾ ਜਿਹੜੀ ਇਹ ਜੰਗ ਹੈ ਇਹ ਫਤਿਹਜਾਬ ਨਹੀਂ ਹੁੰਦੀ, ਅਸੀਂ ਇਸ ਜੰਗ ਨੂੰ ਜਾਰੀ ਰੱਖਣਾ। ਇਹ ਸਾਡੀ ਅੱਜ ਦੀ ਇਸ ਇਹ ਜਿਹੜਾ ਅਸੀਂ ਸਾੜੇ ਆ ਲੋਹੜੀ ਦੇ ਦਿਨ ਆ, ਲੋਹੜੀ ਦਾ ਦਿਨ ਹੈ, ਲੋਹੜੀ ਸਿਗਨੀਫਾਈ ਕਰਦੀ ਹੈ ਫਾਈਟ ਅਗੇਂਸਟ ਰਿਪਰੈਸ਼ਨ, ਜਿਹੜਾ ਜਬਰ ਜ਼ੁਲਮ ਦੇ ਖਿਲਾਫ ਲੜਾਈ, ਧੱਕਿਆਂ ਦੇ ਖਿਲਾਫ ਲੜਾਈ, ਅਤੇ ਇਹ ਕਾਲਾ ਕਾਨੂੰਨ ਸਾਡੇ 'ਤੇ ਇੰਪੋਜ਼ ਕੀਤਾ ਗਿਆ ਸੀ, ਥੋਪਿਆ ਗਿਆ ਸੀ, ਅਸੀਂ ਉਹਨੂੰ ਸਾੜ ਕੇ ਜਿਹੜੇ ਲੋਹੜੀ ਵਾਲੇ ਦਿਨ ਜਿਹੜੀ ਜ਼ੁਲਮ ਅਤੇ ਜ਼ਬਰ ਦੇ ਖਿਲਾਫ ਆਪਣੀ ਜੰਗ ਦਾ ਜਿਹੜਾ ਆਲਰੇਡੀ ਸਾਡਾ ਅੰਦੋਲਨ ਚੱਲ ਰਿਹਾ, ਅਸੀਂ ਅੱਜ ਉਹਦੇ 'ਤੇ ਆਪਣੀ ਵਚਨਬੱਧਤਾ ਮੁੜ ਦੁਹਰਾਈਏ। ਮੋਦੀ ਸਰਕਾਰ ਨੇ ਕੱਲ੍ਹ ਇੱਕ ਰਸਤਾ ਲੱਭਿਆ ਜੁਡੀਸ਼ੀਅਲ ਟ੍ਰੈਪ ਰਾਹੀਂ ਇਸ ਅੰਦੋਲਨ ਨੂੰ ਸਕਟਲ ਕਰਨ ਦਾ, ਉਹਨਾਂ ਨੇ ਅਦਾਲਤਾਂ ਦੀ ਵਰਤੋਂ ਕੀਤੀ ਹੈ, ਜਿਵੇਂ ਉਹਨਾਂ ਨੇ ਮੰਦਰ ਬਣਾਉਣ ਲਈ ਅਦਾਲਤ ਦੀ ਵਰਤੋਂ ਕੀਤੀ ਸੀਗੀ, ਉਵੇਂ ਹੀ ਕੱਲ੍ਹ ਉਹਨਾਂ ਨੇ ਅਦਾਲਤ ਦੀ ਫਿਰ ਵਰਤੋਂ ਕੀਤੀ ਹੈ। ਅਸੀਂ ਸਮਝਦੇ ਹਾਂ ਕਿ ਜਿਹੜਾ ਪੈਨਲ ਵੀ ਬਣਾਇਆ ਗਿਆ ਉਹ ਸਿਰਫ ਹੌਗ ਵਾਸ਼ ਹੈ, ਸਿਰਫ ਅੱਖਾਂ ਨੂੰ ਭੁਲੇਖਾ ਦੇਣ ਲਈ ਹੈ, ਕਿਉਂਕਿ ਜਿਹੜੇ ਮੈਂਬਰ ਨੇ ਉਹ ਸਾਰੇ ਦੇ ਸਾਰੇ ਜਿਹੜੇ ਨੇ ਉਹ ਇਸ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਨੇ, ਉਹਨਾਂ ਦੇ ਜਿਹੜੇ ਵਿਊ ਨੇ, ਉਹਨਾਂ ਦੇ ਜਿਹੜੇ ਵਿਚਾਰ ਨੇ ਇਸ ਕਾਲੇ ਕਾਨੂੰਨਾਂ ਦੇ ਹੱਕ ਵਿੱਚ ਪਹਿਲਾਂ ਹੀ ਛਪ ਚੁੱਕੇ ਨੇ। ਅਜਿਹੇ ਬੰਦਿਆਂ ਨੂੰ, ਅਜਿਹੇ ਵਿਅਕਤੀਆਂ ਨੂੰ ਮੈਂਬਰ ਬਣਾਉਣਾ, ਪੈਨਲ ਬਣਾਉਣਾ, ਐਵੇਂ ਇੱਕ ਧੋਖਾ ਦੇਣ ਵਾਲੀ ਗੱਲ ਹੈ, ਲੋਕਾਂ ਨੂੰ ਧੋਖਾ ਦੇਣ ਵਾਲੀ ਗੱਲ ਹੈ। ਇਹ ਪੈਨਲ ਕਿਸਾਨ ਯੂਨੀਅਨ ਰੱਦ ਕਰ ਚੁੱਕੀ ਹੈ, ਇਹ ਪੈਨਲ ਦਾ ਕੋਈ ਅਰਥ ਨਹੀਂ ਹੈ, ਬੇਮੈਨੇ ਪੈਨਲ ਹੈ, ਜਿਹੜਾ ਪਹਿਲਾਂ ਹੀ ਪ੍ਰੋ ਫਾਰਮ ਲਾਜ਼ ਨੇ ਉਹ ਪੈਨਲ ਦੀ ਕੀ ਅਰਥ ਹੈ, ਕੀ ਤੁੱਕਾ ਇਹੋ ਜਿਹੇ ਲੋਕਾਂ ਨੂੰ ਪੈਨਲ 'ਚ ਬਣਾਉਣ ਦਾ। ਸੋ ਕਿਸਾਨ ਜਥੇਬੰਦੀਆਂ ਦੀ ਅਗਵਾਈ ਦੇ ਵਿੱਚ ਬਹੁਤ ਵਧੀਆ ਸੰਘਰਸ਼ ਚੱਲ ਰਿਹਾ, ਇਸ ਵੇਲੇ ਸਿਖਰਾਂ 'ਤੇ ਹੈ, 26 ਨੂੰ ਟਰੈਕਟਰ ਮਾਰਚ ਦਿੱਲੀ ਦੀਆਂ ਸੜਕਾਂ 'ਤੇ ਹੋਏਗਾ। ਸਰਕਾਰ ਨੇ ਬਹੁਤ ਹੱਥਕੰਡੇ ਵਰਤੇ ਨੇ, ਹੋਰ ਵਰਤਨੇ ਨੇ, ਉਹਨਾਂ ਨੇ ਤਾਂ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਵੀ ਲਾਈ ਹੈ ਕਿ ਟਰੈਕਟਰ ਮਾਰਚ 'ਤੇ ਰੋਕ ਲਾਈ ਜਾਵੇ। ਮੈਨੂੰ ਲੱਗਦਾ ਕਿ ਸਰਕਾਰ ਇੱਕ ਹੋਰ ਜਲਿਆਂਵਾਲਾ ਬਾਗ ਕਰਨ ਦੇ ਮੂਡ 'ਚ ਹੈ, ਬਲੱਡ ਸ਼ੈੱਡ ਕਰਨ ਦੇ ਮੂਡ 'ਚ ਹੈ, ਜਿਸ ਤਰੀਕੇ ਦੇ ਨਾਲ ਉਹਨਾਂ ਦਾ ਅੜੀਅਲ ਰਵੱਈਆ ਹੈ, ਜਿਸ ਤਰੀਕੇ ਦੇ ਨਾਲ ਉਹਨਾਂ ਨੇ ਕੱਲ੍ਹ ਅਦਾਲਤ ਨੂੰ ਵੀ ਕਿਹਾ ਕਿ ਅਸੀਂ ਇਹ ਕਾਨੂੰਨ ਰੱਦ ਨਹੀਂ ਕਰਨੇ, ਉੱਥੋਂ ਕਲੀਅਰ ਕੱਟ ਹੈ ਕਿ ਇਹ ਹੁਣ ਪੰਜਾਬ ਦੇ ਲੋਕਾਂ ਦਾ, ਹਰਿਆਣੇ ਦੇ ਕਿਸਾਨਾਂ ਦਾ ਅਤੇ ਕੇਂਦਰ ਸਰਕਾਰ ਦਾ, ਮੋਦੀ ਸਰਕਾਰ ਦੇ ਵਿੱਚ ਇੱਕ ਸ਼ੋਅ ਡਾਊਨ ਹੋਣ ਜਾ ਰਿਹਾ। ਅਸੀਂ ਟਰੈਕਟਰ ਮਾਰਚ ਪੀਸਫੁਲੀ ਕਰਾਂਗੇ। ਕਿਸਾਨ ਜਥੇਬੰਦੀਆਂ ਨੇ ਅੱਜ ਅਖਬਾਰਾਂ ਦੇ ਵਿੱਚ ਬੜਾ ਸਪਸ਼ਟ ਕਰਤਾ ਹੈ ਕਿ ਅਸੀਂ ਕੋਈ ਤੁਹਾਡੀ ਪਰੇਡ ਨੂੰ ਦੇ ਵਿੱਚ ਖਲਲ ਪਾਉਣ ਨਹੀਂ ਆਉਣਾ ਆ ਰਹੇ, ਅਸੀਂ ਤੁਹਾਡੀ ਪਰੇਡ ਦੇ ਵਿੱਚ ਖਲਲ ਨਹੀਂ ਪਾਉਣ ਦਾ ਕੋਈ ਮਨਸ਼ਾ ਰੱਖਦੇ, ਅਸੀਂ ਤੁਹਾਡੀ ਪਰੇਡ ਤੋਂ ਬਾਅਦ ਆਪਣਾ ਮਾਰਚ ਕਰਾਂਗੇ। ਪਰ ਫਿਰ ਵੀ ਜੇ ਸਰਕਾਰ ਨੇ ਰੋਕਿਆ, ਜੇ ਸਰਕਾਰ ਨੇ ਫਿਰ ਵੀ ਕੋਰਟ ਦਾ ਆਸਰਾ ਲੈ ਕੇ ਰੋਕਿਆ, ਤਾਂ ਮੈਨੂੰ ਲੱਗਦਾ ਕਿ ਇਸ ਵਾਰ ਪਹਿਲੀ ਵਾਰ ਹੋਏਗਾ ਕਿ ਪੰਜਾਬ ਦੇ ਲੋਕ ਅਤੇ ਕਿਸਾਨ ਸੁਪਰੀਮ ਕੋਰਟ ਦੇ ਆਰਡਰ ਨੂੰ ਡਿਫਾਈ ਕਰਕੇ ਦਿੱਲੀ ਦੇ ਵਿੱਚ ਐਂਟਰ ਕਰਨਗੇ।